ਲੁਧਿਆਣਾ ਦੇ ਰਾਹੋ ਰੋਡ ਸਥਿਤ ਮਿਹਰਬਾਨ ਅਤੇ ਆਤਮਾ ਸਿੰਘ ਸਾਗਰ ਅਕੈਡਮੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਅਣਥੱਕ ਮਿਹਨਤ ਸਾਧਕਾਂ, ਚੰਗਾ ਰਿਜ਼ਲਟ ਲਿਆਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਡਾ ਪ੍ਰੋਗਰਾਮ ਹੁਣ ਅਖੀਰਲੀ ਪੜਾਅ 'ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਦੀ ਮੌਜੂਦਗੀ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਮਾਂ ਜੀ ਅਤੇ ਉਹ ਇੱਥੇ ਸਟੇਜ 'ਤੇ ਜਿਹਦਾ ਨਾਮ ਹੋ ਗਿਆ ਜਾਵੇ ਉਹ ਅਤੇ ਉਹ ਆਪਣਾ ਆਪਣਾ ਸਨਮਾਨ ਚੇਤ ਲੈ ਕੇ ਜਾਣ। ਚੰਗਾ ਕਿਰਪਾਲ ਸਿੰਘ ਜੀ ਨੂੰ ਅਤੇ ਉਹਨਾਂ ਦੇ ਸਾਰੇ ਸਾਗਰ ਪਰਿਵਾਰ ਨੂੰ ਵਧਾਈ ਦਿੰਦਾ ਔਰ ਵਧਾਈ ਇਸ ਕਰਕੇ ਵੀ ਦੇਣਾ ਤਰੀਕੇ ਨਾਲ ਨੌਲੇਜ ਦਿੱਤੀ ਹੈ ਅਤੇ ਇਹਨਾਂ ਲਈ ਜ਼ੋਰਦਾਰ ਤਾੜੀਆਂ।
इस मौके ते अकैडमी दे चेयरमैन किरपाल सिंह सागर ने दस्या कि अकैडमी दा एह चौथा सालाना समागम है जिस विच होनहार विद्यार्थियों ते अध्यापकों नूं इनाम दे के उत्साहित किया जाता है। उन्हां नूं समूह स्कूल स्टाफ अते विद्यार्थियों नूं वधाई दित्ती। समारोह दौरान विद्यार्थियों वल्लों अपनी कला दा प्रदर्शन करदिआं डांस किट ड्रामा अते गिद्दे दी पेशकारी कीती गई। इस मौके ते प्रसिद्ध गायक के दीप ने शहबजादियां दे शहीदी दिहाड़े नूं समर्पित गीत भी पेश कीते। विकास पामरी, वॉइस ऑफ एशियंस, लुधियाना।